ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। हेलो दोस्तों, तो अज जो साडा सवाल है द नंबर ऑफ ऑल पॉसिबल मैट्रिसिज ऑफ ऑर्डर 3x3 विद एंट्री 0 और 1। सानू कहा गया है कि मैट्रिसिज लभो जिन्हें भी पॉसिबल ने जिन्हों के एंट्री की होवे 0 ते 1, मतलब कि जिन्हों के सिर्फ 0 ते 1 ही भर सकी। असी मान लिया सन एक साडे कोल मैट्रिसिज है। हुण जिहड़ियां इहदे विच स्पेसिस हुंदियां ने उहनां ते असीं उरे भी 0 1 भर सकदे आ, उरे भी 0 1, उरे भी 0 1, ते उरे भी 0 1, 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 उरे भी 0 1 भर सकदे आ। तां इस जगह नूं भरन दे दो तरीके ने, सिर्फ 0 ते 1। तां असीं लिख देवांगे दो तरीके ने इस नूं भरन दे वी 0 ते 2 1 तरीका, 0 ते 1 तरीका हैगा ਹੈਗੇ ਤਾਂ ਦੋ ਤਰੀਕੇ ਇਸਦੇ ਨੇ। ਇਸੇ ਤਰ੍ਹਾਂ ਦੋ ਤਰੀਕੇ ਇਸਦੇ ਨੇ, ਦੋ ਤਰੀਕੇ ਇਸਦੇ, ਦੋ ਤਰੀਕੇ ਇਸਦੇ, ਦੋ ਤਰੀਕੇ ਇਸਦੇ, ਠੀਕ ਹੈ ਜੀ। ਐਵੇਂ ਸਾਰਿਆਂ ਦੇ ਦੋ ਦੋ ਤਰੀਕੇ ਨੇ। ਤਾਂ ਹੁਣ ਟੋਟਲ ਮੈਟ੍ਰਿਸਿਸ ਕਿੰਨੇ ਹੋ? ਟੋਟਲ ਮੈਟ੍ਰਿਸਿਸ ਹੋਣਗੇ ਸਾਡੇ 2 × 2 × 2 × 2 × 2 × 2 ਨੂੰ ਗੁਣਾ ਕਰ ਦਿਓ 2 ਨਾਲ, ਗੁਣਾ ਕਰ ਦਿਓ 2 ਨਾਲ। ਅਸੀਂ ਨੇ ਇਹ ਇੰਨੇ ਗੁਣਾ ਕਿਉਂ ਕੀਤੇ ਨੇ? ਕਿਉਂਕਿ ਦੇਖੋ, ਜਦੋਂ ਇੱਕ ਦੇ ਉੱਤੇ ਅਸੀਂ ਨੇ 0 ਭਰਤਾ ਮੰਨ ਲਓ ਉਰੇ, ਤਾਂ ਅਸੀਂ ਬਾਕੀਆਂ ਨੂੰ ਤਾਂ ਹਿਲਾ ਸਕਦੇ ਹਾਂ, ਉਹਨਾਂ ਨੂੰ ਇਸ ਕਰਕੇ ਅਸੀਂ ਨੇ ਮਲਟੀਪਲਾਈ ਕਰਤਾ। ਇਸੇ ਤਰ੍ਹਾਂ ਨਾਲ ਜਦੋਂ ਅਸੀਂ ਨੇ ਉਰੇ 0 ਜਾਂ 1 ਰੱਖ ਲਿਆ ਤਾਂ ਬਾਕੀਆਂ ਨੂੰ ਹਿਲਾ ਸਕਦੇ ਹਾਂ। ਇਸੇ ਤਰ੍ਹਾਂ ਨਾਲ ਸਾਡੇ ਮਲਟੀਪਲਾਈ ਹੁੰਦੇ ਜਾਣਗੇ, ਤਾਂ ਕਰਕੇ ਇਸ ਦਾ ਆਨਸਰ ਆ ਜਾਂਦਾ ਹੈ 2 ਦੀ ਪਾਵਰ 9, ਜਿਹੜਾ ਕਿ ਬਰਾਬਰ ਹੋ ਗਏਗਾ 512 ਦੇ। ਤਾਂ ਹੁਣ ਆਪਸ਼ਨਾਂ ਚੈੱਕ ਕਰਦੇ ਹਾਂ, ਆਪਸ਼ਨਾਂ 'ਚ ਸਾਡਾ ਆਨਸਰ ਕਿਹੜਾ ਹੈਗਾ? ਏ ਵਾਲਾ ਹੈਗਾ, ਬਾਕੀ ਸਾਰੀਆਂ ਗਲਤ ਨੇਗੀਆਂ। ਤਾਂ ਜਿਹੜਾ ਸਾਡਾ ਆਨਸਰ ਆ ਜਾਂਦਾ ਹੈ ਉਹ ਹੈਗਾ 512 ਜੀ।